ਇੱਕ ਪਾਸੇ ਰੋਜ਼ ਤੇ ਦੂਜੇ ਪਾਸੇ ਰੋਜ਼ੀ ਤੇ ਗੁਲਾਬ ਕਿਸਦਾ ਹੋਏਗਾ? ਇਸ ਦੇ ਲਈ 24 ਮਈ ਦਾ ਇੰਤਜ਼ਾਰ ਕਰਨਾ ਪਏਗਾ। ਗੁਰਨਾਮ ਭੁੱਲਰ, ਮਾਹੀ ਸ਼ਰਮਾ ਤੇ ਪ੍ਰਜਵਲ ਦਹੀਆ ਸਟਾਰਾ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਦਾ ਅਫੀਸ਼ੀਅਲ ਟ੍ਰੇਲਰ ਰਿਲੀਜ਼ ਹੋ ਗਿਆ ਤੇ ਟ੍ਰੇਲਰ ਦੇਖਣ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਸਸਪੈਂਸ ਰਹੇਗਾ ਕਿ ਗੁਲਾਬ ਕਿਸਦਾ ਹੋਏਗਾ, ਕਿਉਂਕਿ ਟ੍ਰੇਲਰ ਦੇ ਵਿੱਚ ਗੁਲਾਬ ਦਾ ਕਿਰਦਾਰ ਯਾਨੀ ਕਿ ਗੁਰਨਾਮ ਭੁੱਲਰ, ਜਿਸ ਨੂੰ ਕਿ ਵਿਆਹ ਬਹੁਤ ਤੇਜ਼ੀ ਦੇ ਨਾਲ ਆਇਆ, ਉਹ ਵਿਆਹ ਕਰਾਉਣਾ ਚਾਹੁੰਦਾ ਹੈ, ਕੁੜੀ ਹਾਲੇ ਡਿਸਾਈਡ ਨਹੀਂ ਹੋਈ ਤੇ ਉਸਦੇ ਦੋਸਤ ਵੀ ਉਸਨੂੰ ਬੜਾ ਪੰਪ ਦਿੰਦੇ ਨੇ। ਸਾਰੀਆਂ ਤਿਆਰੀਆਂ ਹੋ ਜਾਂਦੀਆਂ ਨੇ ਪਰ ਕੁੜੀ ਨਹੀਂ ਮਿਲਦੀ। ਐਨ ਮੌਕੇ ਓਰਕੈਸਟਰਾ ਵਾਲੀ ਕੁੜੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ, ਜੋ ਕਿ ਹੈ ਮਾਹੀ ਸ਼ਰਮਾ ਯਾਨੀ ਕਿ ਰੋਜ਼ੀ, ਤੇ ਰੋਜ਼ੀ ਆ ਕੇ ਆਪਣੇ ਰੰਗ ਦਿਖਾਉਂਦੀ ਹੈ, ਜਿਸ ਤੋਂ ਬਾਅਦ ਗੁਰਨਾਮ ਭੁੱਲਰ ਯਾਨੀ ਕਿ ਗੁਲਾਬ ਨੂੰ ਰੋਜ਼ ਦੇ ਨਾਲ ਅਟੈਚਮੈਂਟ ਹੋ ਜਾਂਦੀ ਹੈ। ਰੋਜ਼ ਯਾਨੀ ਕਿ ਪ੍ਰੰਜਲ ਦਹੀਆ, ਜੋ ਕਿ ਉਸਨੂੰ ਕਾਲਜ ਦੇ ਵਿੱਚ ਮਿਲਦੀ ਹੈ ਤੇ ਦੋਹਾਂ 'ਚ ਪਿਆਰ ਹੋ ਜਾਂਦਾ, ਜਿਸ ਤੋਂ ਬਾਅਦ ਰੋਜ਼ ਵੀ ਗੁਲਾਬ ਦੀ ਜ਼ਿੰਦਗੀ 'ਚ ਆ ਜਾਂਦੀ ਹੈ ਤੇ ਰੋਜ਼ੀ ਨੂੰ ਇਸ ਦਾ ਕਾਫ਼ੀ ਗਮ ਹੁੰਦਾ ਤੇ ਇੱਕ ਸ਼ਾਨਦਾਰ ਸ਼ਾਇਰੀ ਵੀ ਤੁਹਾਡਾ ਦਿਲ ਜਿੱਤ ਲਏਗੀ, ਜੋ ਕਿ ਮਾਹੀ ਸ਼ਰਮਾ ਦੀ ਜ਼ੁਬਾਨੀ ਤੁਹਾਨੂੰ ਸੁਣਾਈ ਦੇਗੀ। ਔਰ ਮਾਹੀ ਸ਼ਰਮਾ ਅੱਜ ਕੱਲ੍ਹ ਆਪਣੀ ਸ਼ਾਇਰੀ ਕਰਕੇ ਕਾਫ਼ੀ ਜ਼ਿਆਦਾ ਜਾਣੀ ਜਾਂਦੀ ਹੈ ਤੇ ਇਹੀ ਰੀਜ਼ਨ ਹੈ ਕਿ ਮੇਕਰਸ ਨੇ ਮਾਹੀ ਸ਼ਰਮਾ ਦੀ ਜ਼ੁਬਾਨੀ ਉਹਨਾਂ ਦੀ ਸ਼ਾਇਰੀ ਫਿਲਮ ਦੇ ਵਿੱਚ ਐਡ ਕੀਤੀ ਹੈ। ਤੇ ਹੁਣ ਗੁਲਾਬ ਵੀ ਕਨਫਿਊਜ਼ ਹੈ ਕਿ ਉਹ ਕਿਸ ਪਾਸੇ ਜਾਏ, ਰੋਜ਼ ਵੱਲ ਕਿ ਰੋਜ਼ੀ ਵੱਲ। ਇਹੀ ਸਸਪੈਂਸ ਹੈ ਜੋ ਕਿ 24 ਮਈ ਨੂੰ ਖੁੱਲੇਗਾ। ਫਿਲਮ ਨੂੰ ਮਨਵੀਰ ਬਰਾੜ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਪ੍ਰੀਤ ਸੰਗਰੇਰੀ ਫਿਲਮ ਦੇ ਰਾਈਟਰ ਨੇ। ਡਾਇਮੰਡ ਸਟਾਰ ਵਰਲਡ ਵਾਈਡ ਤੇ ਓਮਜੀ ਸਿਨੇ ਵਰਲਡ ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਸ ਫਿਲਮ ਦੇ ਵਿੱਚ ਗੁਰਨਾਮ ਭੁੱਲਰ ਦੇ ਗਾਣੇ ਤੁਹਾਨੂੰ ਨਜ਼ਰ ਆਉਣਗੇ, ਕਿਉਂਕਿ ਗੁਰਨਾਮ ਭੁੱਲਰ ਐਕਟਰ ਨੇ ਤੇ ਉਹਨਾਂ ਦੀ ਜ਼ੁਬਾਨੀ ਗਾਣੇ ਕਾਫੀ ਜ਼ਿਆਦਾ ਜੱਚ ਵੀ ਰਹੇ ਨੇ ਤੇ ਪ੍ਰੰਜਲ ਦਹੀਆ ਦਾ ਇਹ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਡੈਬਿਊ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਪੰਜਾਬੀ ਗਾਣੇ ਕਰ ਚੁੱਕੀ ਹੈ, ਪਰ ਰੋਜ਼ ਰੋਜ਼ੀ ਤੇ ਗੁਲਾਬ ਪ੍ਰੰਜਲ ਦਹੀਆ ਦੀ ਪਹਿਲੀ ਫਿਲਮ ਹੈ ਤੇ ਫੈਂਸ ਵੀ ਪ੍ਰੰਜਲ ਦਹੀਆ ਦਾ ਬਹੁਤ ਕਰੇਜ਼ ਹੈ, ਕਿਉਂਕਿ ਹਰਿਆਣਵੀ ਪੰਜਾਬੀ ਤੇ ਖਾਸ ਕਰਕੇ ਨੌਰਥ ਇੰਡੀਆ ਦੀ ਆਡੀਅੰਸ ਪ੍ਰੰਜਲ ਦਹੀਆ ਦੀ ਬਹੁਤ ਜ਼ਿਆਦਾ ਫੈਨ ਹੈ, ਕਿਉਂਕਿ ਉਸਦਾ ਜਿਪਸੀ ਗਾਣਾ ਸੁਪਰ ਡੁਪਰ ਹਿੱਟ ਹੋਇਆ ਸੀ। ਫੈਂਸ ਐਕਸਾਈਟਿਡ ਨੇ ਪ੍ਰੰਜਲ ਦਹੀਆ ਨੂੰ ਪੰਜਾਬੀ ਫਿਲਮ 'ਚ ਦੇਖਣ ਲਈ। ਅਸੀਂ ਵੀ ਸਾਰੇ ਐਕਸਾਈਟਿਡ ਹੈ ਕਿ ਰੋਜ਼ ਰੋਜ਼ੀ ਤੇ ਗੁਲਾਬ ਜਦ ਇਕੱਠੇ ਹੋਣਗੇ ਤਦ ਮਜ਼ਾ ਤਾਂ ਆਏਗਾ ਹੀ। ਫਿਲਮ ਦਾ ਇੰਤਜ਼ਾਰ ਹੁਣ 24 ਮਈ ਨੂੰ ਖਤਮ ਹੋਏਗਾ। ਬਾਕੀ ਮਨਵੀਰ ਬਰਾੜ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਟ੍ਰੇਲਰ ਉਹਨਾਂ ਦਿਖਾਇਆ ਜਾਵੇ ਜਿਸਦੇ ਨਾਲ ਫੈਂਸ ਨੂੰ ਐਕਸਾਈਟਮੈਂਟ ਰਵੇ, ਕਿਉਂਕਿ ਜ਼ਿਆਦਾ ਕੁਝ ਰਿਵੀਲ ਨਹੀਂ ਕੀਤਾ ਗਿਆ। ਜੇ ਜ਼ਿਆਦਾ ਰਿਵੀਲ ਹੋ ਗਿਆ ਤੇ ਐਕਸਾਈਟਮੈਂਟ ਖਤਮ ਹੋ ਜਾਏਗੀ ਤੇ ਸਸਪੈਂਸ ਵੀ ਮਰ ਜਾਏਗਾ, ਤੇ ਸਸਪੈਂਸ ਬਰਕਰਾਰ ਰੱਖਣ ਲਈ ਟ੍ਰੇਲਰ ਨੂੰ ਉਸ ਤਰੀਕੇ ਦੇ ਨਾਲ ਐਡਿਟ ਕੀਤਾ ਗਿਆ ਹੈ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।